ਗੈਵੀ, ਜਿਹੜਾ ਬੰਦਾ ਮੈਨੂੰ ਲੱਗਦਾ ਕਿ ਸਮੇਂ ਦੀ ਕਦਰ ਕਰਦਾ, ਸਮਾਂ ਉਸਦੀ ਕਦਰ ਜ਼ਰੂਰ ਕਰਦਾ। ਹੁਣ ਕਿਤੇ ਜਾਣਾ ਹੁੰਦਾ ਟਾਈਮ ਲਈ, ਬ੍ਰਦਰ ਕਹਿ ਦਿੰਦਾ ਵੀ ਹਾਂ ਤੂੰ ਪਹਿਲੇ ਉੱਥੇ ਪਹੁੰਚ ਕੇ, ਇਕੱਲਾ ਬੈਠਾ ਰਹਿਣਾ, ਕੋਈ ਆਉਂਦਾ ਨਹੀਂ ਹੈਗਾ, ਲੇਟ ਜਾਇਆ ਕਰ। ਮੈਂ ਕਿਹਾ ਬਈ ਕਿਉਂ ਵੀ ਉਹ ਮੇਰੇ ਇਹਦੇ ਵਿੱਚ ਨਹੀਂ ਹੈਗਾ, ਆਈ ਫੋਲੋ ਮਾਈ ਟਾਈਮ। ਮੈਂ ਆਪਣੇ ਆਪ ਨੂੰ, ਜਿਹੜੀ ਮੈਂ ਤੁਹਾਨੂੰ ਓਨੈਸਟੀ ਦੀ ਗੱਲ ਕੀਤੀ ਸੀਗੀ, ਉਹ ਮੈਂ ਕਿਸੇ ਨਾਲ ਬੇਈਮਾਨੀ ਨਹੀਂ ਕਰੂੰਗਾ। ਜੇ ਮੈਂ ਟਾਈਮ 'ਤੇ ਨਹੀਂ ਪਹੁੰਚਿਆ ਤਾਂ ਉਹ ਬੇਈਮਾਨੀ ਮੇਰੀ ਮੇਰੇ ਨਾਲ ਹੋਊਗੀ। ਹੁਣ ਦੂਜੇ ਨਹੀਂ ਕਰਦੇ, ਹੁਣ ਉਹਨਾਂ ਦਾ ਮੈਂ ਕੀ ਕਰ ਸਕਦਾ? ਸੋ ਹਾਂਜੀ, ਜਦੋਂ ਇੱਦਾਂ ਦੀ ਚੀਜ਼ਾਂ ਆਸੇ ਪਾਸੇ ਨਹੀਂ ਪ੍ਰੋਪਰ ਹੁੰਦੀਆਂ, ਦੈਨ ਆਈ ਫੀਲ ਬੈਡ। ਅਦਰਵਾਈਜ਼ ਨਹੀਂ, ਅਦਰਵਾਈਜ਼ ਤਾਂ ਦੇਖੋ ਕੋਈ ਵੀ, ਜਿਵੇਂ ਮੈਂ ਕਿਹਾ, ਦੁੱਖ ਸੁੱਖ ਆਉਂਦੇ ਰਹਿੰਦੇ ਨੇ, ਉਹਨਾਂ ਅੱਗੇ ਕੁਛ ਨਹੀਂ ਕਰ ਸਕਦੇ। ਪਰ ਕਈ ਚੀਜ਼ਾਂ ਸਾਡੇ ਹੱਥ 'ਚ ਹੁੰਦੀਆਂ, ਚੀਜ਼ਾਂ ਹੁੰਦੀਆਂ ਨੇ, ਉਹ ਤੋਂ ਬਾਅਦ ਵੀ ਤੁਸੀਂ ਆਪਣੀ ਗੱਲਾਂ 'ਤੇ ਖਰੇ ਨਹੀਂ ਉਤਰਦੇ, ਦੈਟ ਹਰਟਸ।